ਇਹ ਲੁੰਬੜ ਚਾਲਾਂ ਚੱਲਦੀਆਂ ਹੁੰਦੀਆਂ ਨੇ, ਇਹਨਾਂ ਦੇ ਲਾਰੇਬਾਜ਼ੀਆਂ ਕਰਨੀਆਂ ਹੁੰਦੀਆਂ। ਕਾਲਾ ਕਾਨੂੰਨ NPS ਦਾ ਲਾਗੂ ਕਰ ਦਿੱਤਾ ਗਿਆ ਸੀ। ਇਹ ਕਾਨੂੰਨ ਉਹ ਆ ਕਿ ਮੁਲਾਜ਼ਮ ਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ ਰਿਟਾਇਰਮੈਂਟ ਤੋਂ ਬਾਅਦ। MLA ਨੇ ਜਿਹੜਾ ਇੱਕ ਵਾਰ MLA ਬਣ ਜਾਂਦਾ ਇੱਕ ਪੈਨਸ਼ਨ, ਦੋ ਵਾਰ ਬਣ ਗਿਆ ਦੋ ਪੈਨਸ਼ਨਾਂ। ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਉਹਦਾ ਮੰਤਰੀ ਲਾਉਣ ਦਾ ਕੀ ਫਾਇਦਾ? ਆਪਣੀ ਪੈਨਸ਼ਨ ਬਹਾਲੀ ਦੀ ਉਦੋਂ ਤੱਕ ਲੜਾਈ ਲੜਦੇ ਰਹਿਣਗੇ ਜਦੋਂ ਤੱਕ ਸਾਨੂੰ ਇਹ ਪ੍ਰਾਪਤ ਨਹੀਂ ਹੁੰਦੀ। 2004 ਤੋਂ ਪੈਨਸ਼ਨ ਬੰਦ, ਮੈਂ ਤਾਂ ਕਹਿੰਦਾ ਪੈਨਸ਼ਨ ਹੋਣੀ ਚਾਹੀਦੀ ਹੈ। ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਬੈਦ ਦੇ ਘਰ ਦੇ ਬਾਹਰ ਖੜੇ, ਜਿੱਥੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ, ਉਹਨਾਂ ਨੂੰ ਤਸਵੀਰਾਂ ਅਸੀਂ ਵਿਖਾ ਰਹੇ ਕਿ ਜਿਹੜੇ ਹੈਗੇ ਆ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਲੈ ਕੇ ਜਿਹੜਾ ਅੱਜ ਕੁਲਦੀਪ ਸਿੰਘ ਬੈਦ ਦੇ ਬਾਅਦ ਧਰਨਾ ਦਿੱਤਾ ਜਾ ਰਿਹਾ। ਗੱਲਬਾਤ ਕਰ ਲੈਣ ਸਰ, ਲਗਾਤਾਰ ਜੇ ਗੱਲ ਕਰੀਏ ਮੁਲਾਜ਼ਮ, ਪੰਜਾਬ ਦੇ ਮੁਲਾਜ਼ਮ ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਆ, ਅੱਜ ਵੀ ਪ੍ਰਦਰਸ਼ਨ ਕੀਤਾ ਜਿਹੜਾ ਬੈਦ ਦੀ ਕੋਠੀ ਦੇ ਬਾਹਰ। ਮੁੱਖ ਸਰ ਮੰਗ ਕੀ ਹੈ? ਸਾਡੀ ਮੁੱਖ ਮੰਗ ਇਹ ਆ ਵੀ ਜਿਹੜੇ ਮੁਲਾਜ਼ਮ 21 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਨੇ, ਤਾਂ ਉਸ ਸਮੇਂ ਦੀ ਜੋ ਅੱਜ ਦੀ ਕੈਪਟਨ ਸਰਕਾਰ, ਉਸ ਸਮੇਂ ਵੀ ਇਹ ਕੈਪਟਨ ਸਰਕਾਰ ਸੱਤਾ ਦੇ ਵਿੱਚ ਸੀ ਅਤੇ ਇਸ ਨੇ ਸਾਡੇ 'ਤੇ ਕਾਲਾ ਕਾਨੂੰਨ NPS ਦਾ ਲਾਗੂ ਕਰ ਦਿੱਤਾ ਗਿਆ ਸੀ। ਇਹ ਕਾਨੂੰਨ ਉਹ ਆ ਕਿ ਮੁਲਾਜ਼ਮ ਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ ਰਿਟਾਇਰਮੈਂਟ ਤੋਂ ਬਾਅਦ, ਜਦਕਿ ਇਹ MLA ਨੇ ਜਿਹੜਾ ਇੱਕ ਵਾਰ MLA ਬਣ ਜਾਂਦਾ ਇੱਕ ਪੈਨਸ਼ਨ, ਦੋ ਵਾਰ ਬਣ ਗਿਆ ਦੋ ਪੈਨਸ਼ਨਾਂ, ਤਿੰਨ ਵਾਰ ਬਣ ਗਿਆ MLA ਤਿੰਨ ਪੈਨਸ਼ਨਾਂ, ਇਸ ਤਰ੍ਹਾਂ ਇਹ 8-8, 10-10, 9-9 ਪੈਨਸ਼ਨਾਂ ਜਿਹੜੀਆਂ ਅੱਜ ਲੈ ਰਹੇ ਨੇ। ਜਿੰਨੀ ਵਾਰੀ MLA ਬਣ ਗਏ ਉੰਨੀ ਹੀ ਪੈਨਸ਼ਨਾਂ ਲੈ ਰਹੇ ਨੇ। ਅਤੇ ਜਦੋਂ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਹਿ ਸਾਡੇ ਵਿੱਤ ਮੰਤਰੀ ਨੇ ਜਿਹੜੇ ਹਰ ਸਮੇਂ ਰੱਖਿਆ ਹੀ, ਸਿਰਫ ਮੇਰਾ ਖਿਆਲ ਉਹਨਾਂ ਨੂੰ ਇਸ ਕੰਮ ਲਈ ਆ ਕਿ ਖਜ਼ਾਨਾ ਖਾਲੀ ਆ, ਇਹ ਦੱਸਣ ਲਈ। ਦੇਖੋ ਪੰਜਾਬ, ਜੇ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਉਹਦਾ ਮੰਤਰੀ ਲਾਉਣ ਦਾ ਕੀ ਫਾਇਦਾ? ਕੀ ਮਤਲਬ ਆ ਉਸਦਾ ਮੰਤਰੀ ਲਾਉਣ ਦਾ ਵੀ ਜਦੋਂ ਖਜ਼ਾਨਾ ਹੀ ਖਾਲੀ ਆ? ਸੋ ਮੁਲਾਜ਼ਮ ਆਪਣੇ ਹੱਕ, ਸੱਚ ਅਤੇ ਇਨਸਾਫ ਦੀ ਲੜਾਈ ਲੜ ਰਹੇ ਨੇ। 1 ਜਨਵਰੀ 2004 ਤੋਂ ਬਾਅਦ ਸਾਰੇ ਭਰਤੀ ਹੋਏ 1,91,000 ਮੁਲਾਜ਼ਮ, ਜਿਨ੍ਹਾਂ ਦੀ ਗਿਣਤੀ ਆ ਅਸੀਂ ਪ੍ਰਾਪਤ ਕੀਤੀ ਹੋਈ, ਅਤੇ ਉਹ ਲਗਾਤਾਰ ਸੰਘਰਸ਼ਾਂ ਦੇ ਇਸ ਦੌਰ ਦੇ ਵਿੱਚੋਂ ਚੱਲਦੇ ਹੋਏ ਆਪਣੀ ਪੈਨਸ਼ਨ ਬਹਾਲੀ ਦੀ ਉਦੋਂ ਤੱਕ ਲੜਾਈ ਲੜਦੇ ਰਹਿਣਗੇ ਜਦੋਂ ਤੱਕ ਸਾਨੂੰ ਇਹ ਪ੍ਰਾਪਤ ਨਹੀਂ ਹੁੰਦੀ। ਕਿਹੜੇ ਮਹਿਕਮੇ ਦੇ ਮੁਲਾਜ਼ਮ ਹੈਗੇ ਸਰ? ਇਹ ਜਿਹੜੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਬਿਜਲੀ ਬੋਰਡ ਤੋਂ ਮੁਲਾਜ਼ਮ ਨੇ, ਹੈਲਥ ਡਿਪਾਰਟਮੈਂਟ ਤੋਂ ਮੁਲਾਜ਼ਮ ਨੇ, ਅਧਿਆਪਕ ਨੇ, ਹੋਰ ਕਈ ਮਹਿਕਮਿਆਂ ਦੇ ਪੰਚਾਇਤ ਵਿਭਾਗ ਤੋਂ ਵੀ ਆਏ ਹੋਏ ਨੇ। ਸੋ ਵੱਖ ਵੱਖ ਮਹਿਕਮਿਆਂ ਦੇ ਇਹ ਮੁਲਾਜ਼ਮ ਨੇ ਜਿਹੜੇ ਅੱਜ ਇਸ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਏ ਹਨ। ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ, ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਕਿ ਹਰ ਵਾਰ ਧਰਨਾ ਪ੍ਰਦਰਸ਼ਨ ਨਹੀਂ ਲਾਉਂਦੇ, ਕਿਹਾ ਜਾਂਦਾ ਕਿ ਜਲਦੀ ਪੱਕਾ ਕਰ ਦਿੱਤਾ ਜਾਵੇਗਾ, ਪੈਨਸ਼ਨ ਲਾ ਦਿੱਤੀ ਜਾਵੇਗੀ, ਲੱਗਦਾ ਕਿ ਇਸ ਸਰਕਾਰ ਤੋਂ ਉਮੀਦ ਆ? ਦੇਖੋ, ਅਸੀਂ ਆਪਣਾ ਸੰਘਰਸ਼ ਆ ਜਿਹੜਾ ਉਹ ਜਾਰੀ ਰੱਖਾਂਗੇ। ਸਰਕਾਰਾਂ ਦਾ ਸਾਨੂੰ ਪਤਾ ਹੀ ਆ, ਇਹ ਲੁੰਬੜ ਚਾਲਾਂ ਚੱਲਦੀਆਂ ਹੁੰਦੀਆਂ ਨੇ, ਇਹਨਾਂ ਦੇ ਲਾਰੇਬਾਜ਼ੀਆਂ ਕਰਨੀਆਂ ਹੁੰਦੀਆਂ ਨੇ। ਜਦੋਂ ਇਹਨਾਂ ਦੇ ਸਿਰ 'ਤੇ ਪੈਂਦੀ ਹੈ, ਜਦੋਂ ਸਿਰ 'ਤੇ ਪੈਂਦੀ ਆ, ਫਿਰ ਇਹ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਵਾ। ਕੁਲਦੀਪ ਸਿੰਘ ਵੈਦ ਖੁਦ ਤੁਹਾਡੇ ਨਾਲ ਗੱਲਬਾਤ ਕਰਨ ਆਏ ਸੀ, ਬਾਅਦ ਕੀ ਗੱਲ ਹੋਈ, ਆਸ਼ਵਾਸਨ ਦਿੱਤਾ? ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਪਹਿਲਾਂ ਵੀ ਇਹਨਾਂ ਨੂੰ 2 ਵਾਰ ਮੰਗ ਪੱਤਰ ਦੇ ਚੁੱਕੇ ਹਾਂ, ਬਈ ਮੈਂ ਆਪਣਾ ਜਿਹੜਾ ਮੰਗ ਪੱਤਰ ਤੁਸੀਂ ਮੈਨੂੰ ਦੇ ਕੇ ਗਏ ਸੀ ਪਹਿਲਾਂ, ਉਹ ਵੀ ਮੈਂ ਆਪਣੇ ਮਾਣਯੋਗ CM ਸਾਹਿਬ ਨੂੰ ਪਹੁੰਚਦਾ ਕਰ ਦਿੱਤਾ ਗਿਆ, ਆਪਣਾ ਨੋਟ ਲਗਾ ਕੇ ਬਕਾਇਦਾ। ਅਰੇ, ਨਾਲ ਹੀ ਸਾਡੇ ਨਾਲ ਇਹ ਵਾਅਦਾ ਕਰਕੇ ਗਏ ਨੇ ਕਿ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਮੈਂ ਇਸ ਦਾ ਕੁਐਸਚਨ ਆ ਜਿਹੜਾ ਉਹ ਪੁੱਟ ਕਰਾਂਗਾ, ਅਸੈਂਬਲੀ 'ਚ ਗੱਲ ਰੱਖਾਂਗਾ ਕਿ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਆ ਉਹ ਬਹਾਲ ਹੋਣੀ ਚਾਹੀਦੀ ਹੈ। ਕਦੋਂ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ? ਅੱਜ ਇਹ 2 ਵਜੇ ਤੱਕ ਅਸੀਂ ਇੱਥੇ ਬੈਠੇ ਹਾਂ। ਹਜੇ ਵੀ ਮੰਗਾਂ ਨਹੀਂ ਮੰਦੀ, ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਊਗਾ? ਜਦੋਂ ਤੱਕ ਅਸੀਂ ਪੁਰਾਣੀ ਪੈਨਸ਼ਨ ਲੈ ਨਹੀਂ ਲੈਂਦੇ, ਸਾਡਾ ਸੰਘਰਸ਼ ਉਦੋਂ ਤੱਕ ਜਿੰਦਾਬਾਦ ਰਹੇਗਾ। ਅਸੀਂ 23 ਤਰੀਕ ਨੂੰ PFRDA ਦੀਆਂ ਜਿਹੜੀਆਂ ਕਾਪੀਆਂ ਨੇ ਬਲਾਕ ਪੱਧਰ 'ਤੇ, ਉਹ ਫੂਕਣ ਦਾ ਪ੍ਰੋਗਰਾਮ ਉਲੀਕਿਆ ਹੈ ਸਾਡਾ ਪਹਿਲਾਂ। ਔਰ 29 ਤਰੀਕ ਦਿਨ ਐਤਵਾਰ ਨੂੰ ਲੁਧਿਆਣੇ ਦੀ ਦਾਣਾ ਮੰਡੀ ਦੇ ਵਿੱਚ ਲਾਹ ਮਿਸ਼ਾਲ ਇਕੱਠ ਹੋਏਗਾ, ਜਿਹੜੀ ਪੰਜਾਬ ਦੀਆਂ ਸਾਰੀਆਂ ਹੀ ਹੁਣ ਤੱਕ ਦੀਆਂ ਹੋਈਆਂ ਰੈਲੀਆਂ ਦਾ ਰਿਕਾਰਡ ਤੋੜੇਗੀ। ਉਹ ਰੈਲੀ ਪੰਜਾਬ ਦੇ ਸਾਰੇ ਮੁਲਾਜ਼ਮ ਉਹਦੇ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ, ਪਰ ਵੱਡਾ ਇਕੱਠ ਕਰਕੇ ਅਸੀਂ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵਾਂਗੇ। ਬਿਲਕੁਲ, ਤੁਹਾਨੂੰ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਕਿ ਲੁਧਿਆਣਾ ਦੇ ਗਿੱਲ ਹਲਕੇ ਦੇ ਜਿਹੜੇ ਵਿਧਾਇਕ ਨੇ ਕੁਲਦੀਪ ਸਿੰਘ ਬੈਦ ਵੱਲ, ਉਹਨਾਂ ਦੇ ਕੋਠੀ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ, ਪੁਰਾਣੀ ਪੈਨਸ਼ਨ ਮੁਹਾਲੀ ਸੰਘਰਸ਼ ਕਮੇਟੀ ਪੰਜਾਬ ਇਕਾਈ ਲੁਧਿਆਣਾ ਵੱਲੋਂ, ਜਿੱਥੇ ਕਿ ਅਸੀਂ ਗੱਲਬਾਤ ਵੀ ਕੀਤੀ ਸੀਗੀ ਆਗੂ ਨਾਲ, ਤੁਹਾਨੂੰ ਦਾ ਇਹ ਕਹਿਣਾ ਸੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੀਆਂ ਵਾ NPS ਤੋਂ ਜਿਹੜਾ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਅਤੇ ਨਾਲ ਜਿਹੜੇ ਪੈਨਸ਼ਨ ਦੇਣ ਦੀ ਗੱਲ ਕੀਤੀ, ਤੁਹਾਨੂੰ ਦੱਸ ਸੀ ਕਿ ਉਹਨਾਂ ਜਿਹੜੀ ਗੱਲ ਹੈ ਕੁਲਦੀਪ ਸਿੰਘ ਵੈਦ ਨਾਲ ਵੀ ਗੱਲਬਾਤ ਹੋਈ ਸੀ, ਅਤੇ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੁਲਦੀਪ ਸਿੰਘ ਵੈਦ ਦਾ ਕੀ ਕਹਿਣਾ ਇਸ ਬਾਰੇ। ਸਰ, ਮੁਲਾਜ਼ਮਾਂ ਵੱਲੋਂ ਅੱਜ ਤੁਹਾਡੀ ਕੋਠੀ ਦੇ ਬਾਹਰ ਘਰਾ ਕੀਤਾ, ਤੁਹਾਡੀ ਗੱਲਬਾਤ ਸਰ ਕੀ ਗੱਲਬਾਤ ਕੀ ਮੰਗਾਂ ਕੀ? ਦੇਖੋ, ਘਰਾਓ ਨਹੀਂ ਉਹਨਾਂ ਨੇ ਕੀਤਾ, ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ। ਸਾਡੀ ਜਿਹੜੀ ਯੂਨੀਅਨਸ ਹੈ ਇਹ ਬੜੀਆਂ ਸਿਆਣੀਆਂ ਨੇ, ਕਿਸੇ ਤਰ੍ਹਾਂ ਦਾ ਕੋਈ ਘਰਾਓ ਨਹੀਂ ਹੈ, ਤੁਸੀਂ ਦੇਖ ਸਕਦੇ ਹੋ ਉਹ ਆਪਣੀ ਸਾਈਡ ਦੇ ਉੱਤੇ ਬੈਠੇ ਆ। ਮੈਂ ਤਾਂ ਆਪ ਪੈਨਸ਼ਨਰ ਹਾਂ, ਮੇਰੀ ਵਾਈਫ ਪੈਨਸ਼ਨਰ ਹੈ, ਸੋ ਇਸ ਕਰਕੇ
कोई इशू नहीं। इन्हों का मसला मैं पहला भी टेकअप किया, हूँ दोबारा सीएम साहब ना टेकअप करा। नहीं, 2004 तो पेंशन बंद है, मैं तो कहना पेंशन होनी चाहिए है। मैं तो समझदा 100% पेंशन होनी चाहिए। मैं पहला भी गल की, हूँ भी करूंगा जी। बिल्कुल, असं गिल हल्के तो विधायक कुलदीप सिंह बैद भी गलबात की, उन्होंने कहा कि जो भी इन्हें मंग है वो पंजाब सरकार तक पहुँचाई जाएगी, तो वित्त मंत्री खुद भी गल करा। तो उन्होंने जो आगू से आगू भी गलबात की, उन्होंने यही कहना है कि पिछले काफ़ी लंबे समय तो पंजाब सरकार तक मंग रख रहे हैं, तो आने वाले दिन तक जो संघर्ष है होर तिखा किया जाएगा। 30 जो अगस्त में जरा वा लुधियाने दाना मंडी में एक विशाल रैली कड़ी जाएगी, जिते पूरे पंजाब तो जो मुलाजम उत्थे इकट्ठे होंगे, तो पंजाब सरकार के खिलाफ धरना प्रदर्शन किया जाएगा। कैमरामैन नील कमल मोनू के साथ भरत शर्मा, द समर न्यूज़ लुधियाना। वधेरी जानकारी लिए लाइक करो साडे फेसबुक पेज नू, ते सबसक्राइब करो यूट्यूब चैनल नू, ते इंस्टाग्राम नू फॉलो करना ना भूलियो।